ਸਰਵੇ ਵਗੈਰਾ ਜਿਹੜੀਆਂ ਹੋਰ ਹੁੰਦੀ ਕੀ ਗੱਲ ਹੋ ਰਹੀ ਹੈ। ਜਿਹੜਾ ਮੁੰਡਾ ਆ ਗਿਆ ਆਪਣਾ ਕਾਲਾ ਤੇਲ ਆ ਚਿੱਟਾ ਤੇਲ ਆ ਜਿਹੜਾ ਹੋਪਰ ਨੇ ਅਸਲ 'ਚ ਉਹ ਪਲਾਂਟ ਹੋਪਰ ਆ ਆਪਾਂ ਉਹਨੂੰ ਤੇਲਾ ਕਹਿ ਦਿੰਦੇ ਹਾਂ। ਉਹਦੇ ਵਾਸਤੇ ਹੁਣ ਤੁਸੀਂ ਜਿਹੜੀ ਆਪਣੀ ਫਸਲ ਦਾ ਨਿਰੀਖਣ ਕਰਦੇ ਰਹਿਣਾ। ਜਦੋਂ ਹੁਣ ਮਾੜਾ ਜਿਹਾ ਜਿਵੇਂ ਹੁਣ ਤੁਹਾਨੂੰ ਲੱਗਦਾ ਕਿ ਸਵੇਰ ਸ਼ਾਮ ਥੋੜ੍ਹਾ ਥੋੜ੍ਹਾ ਟੈਂਪਰੇਚਰ ਡਾਊਨ ਹੋਣਾ ਸ਼ੁਰੂ ਹੁੰਦਾ, ਉਦੋਂ ਖਾਸ ਤੌਰ 'ਤੇ ਫਸਲ ਦਾ ਤਿਆਰ ਰੱਖੋ, ਕਿਉਂਕਿ ਜਿੰਨਾ ਚਿਰ ਤਾਂ ਪੂਰੀ ਗਰਮੈਸ਼ ਚੱਲਦੀ ਆ ਉੰਨਾ ਚਿਰ ਤੁਹਾਡਾ ਅਟੈਕ ਨਹੀਂ ਦੇਖਣ ਨੂੰ ਮਿਲੇਗਾ। ਜਦੋਂ ਥੋੜ੍ਹਾ ਥੋੜ੍ਹਾ ਟੈਂਪਰੇਚਰ ਖਰਾਬ ਤਾਂ ਡਾਊਨ ਹੋਣਾ ਸ਼ੁਰੂ ਹੋ ਗਿਆ, ਉਦੋਂ ਤੁਹਾਡੀ ਫਸਲ ਦੇ ਵਿੱਚ ਉਹਦਾ ਥੋੜ੍ਹਾ ਨਜ਼ਰ ਆ ਉਦੋਂ ਆਪਾਂ ਚੈੱਕ ਕਰਨਾ। ਅਤੇ ਕਈ ਜਿਹੜੇ ਕਿਸਾਨ ਵੀਰ ਉਹ ਕਹਿੰਦੇ ਕਿ ਅਸੀਂ ਦੋਵੇਂ ਸਮੇਂ ਕੋਈ ਟੈਕਸਾ ਲਾਉਣਾ ਜਾਂ ਕੋਈ ਜੈਸਾ ਇਹ ਜਿਹੜੀ ਸਿਸਟਮ ਹੈਗਾ ਟੈਕਸਾ ਰੋਡ ਜਿਹੜੀ ਹੈਗੀ ਕਾਫੀ ਆਪਾਂ ਨੂੰ ਕੋਸਟਲੀ ਵੀ ਪੈਂਦੀ ਹੈ। ਇਹਦੀ ਸਪਰੇਅ ਕਰਨੀ ਹੈ ਜਾਂ ਤੁਸੀਂ ਚੈੱਸ ਕਰਨੀ ਹੈ, ਸੀਨ ਕਰਨੀ, ਗੱਡੀ ਵੀ ਕਰਨੀ ਹੋਵੇ ਉਹਦੀ ਰਿਕਮੈਂਟ ਆਪਣੀ ਸਿਲੈਕਟ ਕਰਕੇ ਰੱਖਣੀ ਹੈ। ਪਰ ਜਿੰਨਾ ਚਿਰ ਤੋਂ ਅਟੈਕ ਦੇਖਣ ਨੂੰ ਨਹੀਂ ਮਿਲਦਾ ਉੰਨਾ ਚਿਰ ਸਪਰੇਅ ਨਹੀਂ ਕਰ, ਪੰਜ ਚਾਰ ਦਾਣੇ ਛੇ ਦਾਣੇ ਜਦੋਂ ਆਪਾਂ ਜਿਹੜਾ ਬੂਟਾ ਟੀਕਾ ਕਰਕੇ ਜਿੰਨਾ ਚਿਰ ਆਪਾਂ ਨੂੰ ਕਰਨੀ ਹੋਵੇ ਉੰਨਾ ਚਿਰ ਆਪਾਂ ਨਹੀਂ ਕਰਨੀ। ਜਦੋਂ ਆਪਾਂ ਨੂੰ ਲੱਗਦਾ ਕਿ ਪੰਜ ਸੱਤ ਦਾ ਆਉਂਦਾ ਬੂਟੇ ਵੇਖਦੇ ਹੈ ਪੰਜ ਪੰਜ ਸੱਤ